ਇਹ ਵਾਲੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਵੀਡੀਓ ਦੀ ਸਮਝ ਲੱਗਣੀ ਹੈ ਤੇ ਜੇ ਚੈਨਲ ਤੇ ਸਾਡੀ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਬਿਨਾਂ ਤੁਹਾਡੇ ਸਮਾਂ ਲਿੱਤੇ ਆਓ ਵੀਡੀਓ ਵੱਲ ਵਧਦੇ ਹਾਂ ਦੋਸਤੋ ਇਹ ਵਾਲੀ ਵੀਡੀਓ ਇੱਕ ਵੱਡਾ ਖੁਲਾਸਾ ਕਰਦੀ ਹੈ ਖੁਲਾਸਾ ਕਿਸ ਚੀਜ਼ ਦਾ ਕਰਦੀ ਹੈ ਤਾਂ ਵੀਡੀਓ ਐਂਡ ਤੱਕ ਦੇਖੋਗੇ ਤਾਂ ਹੀ ਪਤਾ ਲੱਗੇਗਾ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਅਤੇ ਸਰਦੀਆਂ ਦੇ ਮੌਸਮਾਂ ਵਿੱਚ ਗੱਚਕ ਅਤੇ ਮੂੰਗਫਲੀ ਤਾਂ ਖਾਂਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਗੱਚਕ ਕਿਵੇਂ ਤਿਆਰ ਕੀਤੀ ਜਾਂਦੀ ਹੈ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਇਹ ਤੁਸੀਂ ਜੋ ਇਨਸਾਨ ਦੇਖ ਰਹੇ ਹੋ ਇਹ ਸਾਰੇ ਗੱਚਕ ਬਣਾ ਰਹੇ ਨੇ ਹੁਣ ਤੁਹਾਨੂੰ ਮੈਂ ਉਹ ਵਾਲੀ ਵੀਡੀਓ ਸਾਂਝੀ ਕਰਦਾ ਹਾਂ ਜਿਸ ਵਿੱਚ ਦੇਖ ਕੇ ਤੁਹਾਡਾ ਗੱਚਕ ਤੋਂ ਵਿਸ਼ਵਾਸ ਹੀ ਉੱਠ ਜਾਵੇਗਾ ਵੀਡੀਓ ਵਿੱਚ ਦਿਖਾਈ ਦੇ ਰਹੀ ਤਸਵੀਰਾਂ ਤੋਂ ਤੁਸੀਂ ਦੇਖੋ ਇਹ ਗੱਚਕ ਫਰਸ਼ ਉੱਤੇ ਰੱਖ ਕੇ ਬਣਾ ਰਹੇ ਨੇ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਵੋ ਇਹ ਫਰਸ਼ ਕਿੰਨਾ ਕੁ ਸਾਫ਼ ਹੋਵੇਗਾ ਉੱਥੇ ਮਿੱਟੀਆਂ ਹੋਣਗੀਆਂ ਅਤੇ ਫਰਸ਼ ਗੰਦਾ ਵੀ ਹੋਵੇਗਾ ਇਹ ਇੱਥੇ ਸ਼ਰਿਆਮ ਰੱਖ ਕੇ ਗੱਚਕ ਤਿਆਰ ਕਰ ਰਹੇ ਨੇ ਜੋ ਅਸੀਂ ਖਾਂਦੇ ਹਾਂ ਹੁਣ ਤੁਸੀਂ ਆਪ ਵੀ ਅੰਦਾਜ਼ਾ ਲਾ ਲਵੋ ਇਹ ਗੱਚਕ ਖਾ ਕੇ ਕਿੰਨੇ ਲੋਕ ਅਤੇ ਛੋਟੇ ਛੋਟੇ ਬੱਚੇ ਬਿਮਾਰ ਹੋ ਜਾਣਗੇ ਕਿਉਂਕਿ ਫਰਸ਼ 'ਤੇ ਨੀਰੀ ਮਿੱਟੀ ਅਤੇ ਧੂਲ ਹੈ ਜੇ ਤੁਸੀਂ ਇਹ ਸਾਡੇ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੋ ਮੇਨ ਚੀਜ਼ ਤੁਹਾਡੇ ਵਿਚਾਰ ਇਸ ਵੀਡੀਓ ਨੀਚੇ ਸਾਨੂੰ ਜ਼ਰੂਰ ਚਾਹੀਦੇ ਨੇ ਕਿ ਤੁਸੀਂ ਕਮੈਂਟ ਵਿੱਚ ਇਸ ਬਾਰੇ ਕੀ ਸੋਚਦੇ ਹੋ ਗੱਚਕ ਬਣਾਉਣ ਬਾਰੇ ਕੀ ਸੋਚਦੇ ਹੋ ਅਤੇ ਕੌਣ ਕੌਣ ਗੱਚਕ ਖਾਂਦਾ ਹੈ ਇਹ ਵੀ ਜ਼ਰੂਰ ਕਮੈਂਟ ਕਰਿਓ ਮੈਂ ਲੈਣਾ ਇਜਾਜ਼ਤ ਧੰਨਵਾਦ